ਜ਼ਿਲ੍ਹਾ ਫਿਰੋਜ਼ਪੁਰ ਦੇ ICICI ਬੈਂਕ ਵਿੱਚ ਲੋਕਾਂ ਦੀ ਰੱਖੀ ਅਮਾਨਤ ਸਵਾ ਕਿਲੋ ਸੋਨਾ ਗਾਇਬ ਹੋ ਗਿਆ। ਬੈਂਕ ਵਿੱਚੋਂ ਸੋਨਾ ਗਾਇਬ ਨਾ ਹੋਣ ਦਾ ਮਾਮਲਾ ਆਉਂਦੇ ਹੀ ਜਿੱਥੇ ਬੈਂਕ ਦੇ ਉੱਚ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ, ਉੱਥੇ ਹੀ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਜਿਹਾ ਬਣ ਗਿਆ। ਜਾਣਕਾਰੀ ਦੇ ਮੁਤਾਬਕ ਸਾਬਕਾ ਬੈਂਕ ਮੈਨੇਜਰ ਰੋਹਿਤ ਮੋਗਾ ਨੇ ਬੈਂਕ ਦੇ ਬਾਹਰੀ ਲੋਕਾਂ ਦੀ ਮਦਦ ਦੇ ਨਾਲ ਸੋਨਾ ਨੂੰ ਖੁਰਦ ਬੁਰਦ ਕਰਨ ਦੇ ਵਿੱਚ ਅੰਜਾਮ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਦੌਰਾਨ ਸਾਬਕਾ ਬੈਂਕ ਮੈਨੇਜਰ ਰੋਹਿਤ ਮੋਗਾ ਅਤੇ ਕੁਛ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਬੈਂਕ ਦੇ ਬਾਹਰ ਖੜੇ ਲੋਕਾਂ ਨੇ ਆਖਿਆ ਕਿ ਜੇਕਰ ਬੈਂਕ ਵਿੱਚ ਹੀ ਸੋਨਾ ਸੇਫ ਨਹੀਂ ਹੈ ਤਾਂ ਆਮ ਲੋਕ ਕਿੱਥੇ ਜਾਣਗੇ। ਅਸੀਂ ਆਪਣੇ ਆਪ ਨੂੰ ਜੇਕਰ ਸਾਰਾ ਸਾਡਾ ਸੋਨਾ ਬੈਂਕ 'ਚ ਸੇਫ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਬਿਲਕੁਲ ਸੇਫ ਨਹੀਂ ਸਮਝ ਰਹੇ, ਕਿਉਂਕਿ ਇੱਥੇ ਅਸੀਂ ਆਪਣੇ ਆਪ ਨੂੰ ਇਹ ਕਰਕੇ ਚੱਲਦੇ ਹਾਂ ਕਿ ਅਸੀਂ ਜਿੰਨਾ ਸੋਨਾ ਜਾਂ ਪੈਸਾ ਸੇਫ ਇੱਥੇ ਬੈਂਕ 'ਚ ਰੱਖਿਆ ਸੀ ਆਪਦੇ ਨੂੰ ਬਿਲਕੁਲ ਸੇਫ ਸਮਝਦੇ ਹਾਂ, ਪਰ ਜੇਕਰ ਬੈਂਕ ਹੀ ਖੁਰਦ ਬੁਰਦ ਕਰ ਦੇਗਾ ਤਾਂ ਅਸੀਂ ਆਪਣੇ ਨੂੰ ਬਿਲਕੁਲ ਸੇਫ ਨਹੀਂ ਸਮਝਦੇ। ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਬੈਂਕ ਦੀ ਖੁਦ ਕਰਮਚਾਰੀਆਂ ਦੀ ਲਾਪਰਵਾਹੀ ਹੈ, ਜਿਹੜਾ ਸੋਨਾ ਇੰਨਾ ਸੋਨਾ ਖੁਰਦ ਬੁਰਦ ਹੋਇਆ ਰਸੀਦ ਹੋਣ ਦੇ ਬਾਵਜੂਦ ਕਿਤੇ ਇੱਧਰ ਉੱਧਰ ਹੋਇਆ ਅਤੇ ਸਾਰੀ ਬੈਂਕ ਦੀ ਲਾਪਰਵਾਹੀ। 18 ਆਦਮੀਆਂ ਦਾ ਸੋਨੇ ਬਾਰੇ ਸਾਨੂੰ ਪਤਾ ਲੱਗਾ ਵੀ 18 ਆਦਮੀਆਂ ਦਾ ਸੋਨਾ ਜਿਹੜਾ ਇਹਨਾਂ ਨੇ ਵੱਖ ਵੱਖ ਜਿਹੜਾ ਆ ਰੱਖਿਆ ਹੋਇਆ ਸੀਗਾ, ਉਹਨਾਂ ਨੇ ਗਹਿਣੇ ਰੱਖੇ ਹੋਏ ਸੀਗੇ, ਉਹ ਗਾਇਬ ਆ ਅਤੇ ਜਿਹੜਾ ਇਹ ਕਰੀਬ 1.25 ਕਿਲੋ ਸੋਨਾ ਬਣਦਾ ਆ ਤਾਂ ਇਹਦੀ ਜਿਹੜੀ ਆ FIR ਦਰਜ ਹੋ ਗਈ ਆ। ਅਗਾਂਹ ਤਫਤੀਸ਼ ਦੇ ਦੌਰਾਨ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਦੋਸ਼ੀ ਹੋਰ ਸਾਹਮਣੇ ਆਉਂਦੇ ਆ।